मुकद्दस को गड्डी की चाबी लेनी है। मुकद्दस जी बाजी, जरा थोड़ी देर ऐसे गड्डी की चाबी दे, मैं समी दे नाल अम्मी दे घर जाना है। माजरत बाजी, मैं भी अपनी भैन घर जाना है, गड्डी नहीं मिल सकती। वैसे अपनी तू कि चवल हो जानी है, तू रात 11 बजे जाना में, हाड़े तो 7 बजे ने, दे दे सी 2 घंटे वापस आ जाना में। बाजी तुहाड़े 2 घंटे भी ना 8 घंटे दे बराबर होंदे ने, मैं वसा नहीं खा सकती, मैं टाइम से रोते पहुंचना है। अच्छा ऐ गल है, गड्डी दे विच ना 70% मेरे बंदे ने पैसे ने, ते 30% तेरे बंदे ने, गड्डी दा तो बहुता हक मेरा वे, ले चाबी फड़ा मैनू इत्थे। अच्छा इंज ते घर दे विच किन्नियां चीजां जी 70% हिस्सा मेरे बंदे दा, ते सारियां चीजां फिर मेरियां होईयां, तुहाडा ते कोई हक ना होया। वाह जी वाह, ऐही तेरी मां ने तेरी तरबियत कीती हुंदी ना, तेनूं फिर पता हुंदा किसे ने लाग किवें खाई दी है। मेरी मां दे बारे च गल्ल करी किड्डी तू बदतमीज हो रही है। तू बदतमीज चलो भाई तुसी अपने घर, ओदा बंदा आएगा ना आप ही तुहाडे नाल हिसाब किताब कर लेगा। केड़ा चिड़िया घर आ गया मैं, मगर तेरे च शर्म या नाम दी चीज नहीं है, तेरे नूं पता जवान धी वाला घर है। ते बाजी ओने आके केड़ा तेरी धी नूं छेड़ दित्ता है। नहीं मेरी धी दे बारे च वी गल ना करी, तेरे विचों लंघ जांगी मैं। बस बंद कर अपनी आप केहे जे ना गल करना और रही ना, तेरा कोई इत्थे परौना वड़े सी मैं ओदियां लत्तां भन दांगी। तेरा अपना शैतानी दिमाग है, तेनूं लगता हर बंदे दा दिमाग शैतानी है, मेरे क्रैकर दे बारे च अज तों बाद गल ना करी। ਜਾ ਮਗਰੋਂ ਲੱਥ, ਪਤਾ ਨਹੀਂ ਕਿਹੜੇ ਮਾਜੂ ਸਾਜੂ ਫਸਾਏ ਨੀ, ਆਂ ਤੇ ਤੇਰੇ ਬੰਦੇ ਨੂੰ ਲਾਨੀਆਂ ਮੈਂ ਸ਼ਿਕਾਇਤ। ਓ ਹੈਲੋ, ਫਾਰ ਯੋਰ ਕਰੰਟ ਇਨਫੋਰਮੇਸ਼ਨ, ਮੀਟਰ ਦੀ ਜਿਹੜੀ ਕਰੰਟ ਰੀਡਿੰਗ ਹੈ ਨਾ ਉਹ 1,42,160, ਤੇ ਜਿਹੜੀ ਸਾਨੂੰ ਲਿਮਿਟ ਮਿਲੀ ਨਾ ਸਾਡੇ ਬੰਦਿਆਂ ਦੇ ਕੋਲੋਂ ਉਹ ਵੀ 1,42,200, ਪਿੱਛੇ 40 ਯੂਨਿਟ ਰਹਿ ਗਏ ਨੇ। ਤੂੰ ਫੇਰ ਵੈਕਿਊਮ ਚਲਾ ਲਿਆ, ਇੰਨੀ ਜ਼ਿਆਦਾ ਬਿਜਲੀ ਲੈਂਦਾ ਵੇ, ਹਲੇ ਹਫ਼ਤਾ ਪਿਆ ਵੇ, ਮਗਰ ਕੀ ਕਰਨਾ ਵੇ। ਇਹ ਕੀ ਤਰੀਕਾ ਗੱਲ ਕਰਨ ਦਾ, 40 ਯੂਨਿਟ ਤੋਂ ਉੱਤੇ ਜਿੰਨੇ ਯੂਨਿਟ ਬਣਨਗੇ ਮੈਂ ਆਪਣੇ ਬੰਦੇ ਨਾਲ ਆਪ ਹੀ ਗੱਲ ਕਰ ਲਾਂਗੀ, ਅੱਗੇ ਪਿੱਛੇ ਵੀ ਬੜੇ ਹੱਦ 'ਚ ਮੇਰਾ ਬੰਦਾ ਹੀ ਪੂਰੇ ਕਰਦਾ ਹੈ। ਨਾਲੇ ਮੇਰੀ ਗੱਲ ਸੁਣ, ਇੰਨਾ ਗੰਦ ਪਿਆ ਮੈਂ ਸਫਾਈ ਵੀ ਕਰਨੀ ਹੈ। ਅੱਛਾ ਜੇ 2-3 ਦਿਨ ਬੰਦੇ ਨੇ ਪੈਸੇ ਵੱਧ ਦੇ ਛੱਡੇ ਨੇ, ਤੈਨੂੰ ਲੱਗਦਾ ਉਸ ਦਿਨ ਦੀ ਨੀਂਦ ਹੀ ਨਹੀਂ ਪਈ, ਕਿਵੇਂ ਤੂੰ ਮੈਨੂੰ ਸੁਣਾ ਦਿੱਤਾ ਵੇ। ਨਾਲੇ ਦੂਜੀ ਗੱਲ, ਜੇ ਇੰਨਾ ਗੰਦ ਪਿਆ ਤੇ ਮਾਂਜਾ ਫੜ, ਮਸ਼ੀਨ ਕਿਉਂ ਚਲਾਉਂਦੀ ਏ? ਅੱਛਾ ਤੇ ਅਸਲ ਸਾੜਾ ਐ ਵੇ। ਹਾਂਜੀ ਮਾਸ਼ਾਅੱਲਾ, ਮੇਰੇ ਮਾਂ ਪਿਓ ਨੇ 1 ਸਵਾਨੀਆਂ ਮਸ਼ੀਨਾਂ ਮੈਨੂੰ ਦੇ ਕੇ ਘੱਲਿਆ, ਤੁਹਾਨੂੰ ਮਾਂਜੇ ਮਿਲੇ ਨੇ ਨਾ, ਤੁਸੀਂ ਮਾਂਜੇ ਫੇਰੋ ਜਾ ਕੇ। ਅਲਹਮਦੁਲਿਲਾ, ਜੇ ਮੇਰੇ ਮਾਂ ਪਿਓ ਨੇ ਮੈਨੂੰ ਮਾਂਜੇ ਦੇ ਕੇ ਭੇਜਿਆ ਨਾ, ਤੇ ਚੁਸਤ ਬਣਾ ਕੇ ਭੇਜਿਆ, ਇੰਨਾ ਕੰਮ ਕਰਕੇ ਵੀ ਨਾ ਮੈਂ ਐਕਟਿਵ ਰਹਿੰਦੀ ਹਾਂ, ਤੇਰੇ ਹੱਥ ਸਾਹਸ ਪੜੀ ਨਹੀਂ ਇੱਕ ਵਾਰੀ ਮਾਂਜਾ ਕੀ ਫੇਰ ਲਿਆ। ਆਸਫ, ਮੇਰੇ ਲੱਕ ਦੀ ਪੀੜ ਨੀਚ ਜਾਂਦੀ, ਮੇਰੇ ਕੋ ਮਾਂਜੇ ਦੀ ਚ ਫਿਰਦੇ। ਨਾਲੇ ਜਿੱਡੀ ਗੰਦੀ ਤੇਰੀ ਜ਼ੁਬਾਨ ਹੈ ਨਾ, ਜਿੰਨਾ ਗੰਦ ਤੇਰੇ ਅੰਦਰ ਹੈ, ਇਹ ਪੈਪ ਆਪਣੇ ਮੂੰਹ 'ਚ ਦੇ ਤਾਂ ਕਿ ਸਾਰਾ ਗੰਦ ਖਿੱਚਿਆ ਜਾਏ। ਅੱਛਾ ਗੰਦ ਵਾਸਤੇ ਵੱਡੀ ਟੈਂਕੀ ਵੀ ਚਾਹੀਦੀ ਹੋਣੀ ਹੈ, ਤੇ ਮੈਂ ਇਸ ਪੈਪ ਦਾ ਦੂਜਾ ਹਿੱਸਾ ਤੇਰੇ ਮੂੰਹ ਨੂੰ ਲਾਨੀ ਆ, ਤਾਂ ਕਿ ਸਾਰਾ ਗੰਦ ਨਾ ਤੇਰੇ ਅੰਦਰ ਟੁਰ ਜਾਏ, ਫਿਰ ਮੈਂ ਤੈਨੂੰ ਬਾਹਰ ਸੁੱਟ ਕੇ ਆਵਾਂ, ਨਾਲੇ ਅੱਗ ਵੀ ਲਾ ਕੇ ਆਵਾਂ, ਤੇਰੀ ਸੁਆਹ ਬਣੇ। ਮਗਰੋਂ ਲੈ ਨਹੀਂ ਚਲੀ ਤੇਰੋ, ਤੇਰੀ ਤੇ ਜ਼ੁਬਾਨ ਵੀ 10 ਗਜ਼ ਲੰਬੀ ਹੈ, ਤੇਰੇ ਤੇ ਮੂੰਹ ਲੱਗਣੇ 90 ਦਾ ਘੱਟ ਆਵੇ। ਅੱਲਾ ਕਰੇ ਸੀੜੀਆਂ ਤੋਂ ਡਿੱਗੇ ਤੇ ਤਾਂ ਲੱਕ ਟੁੱਟ ਜਾਏ, ਬਦਤਮੀਜ਼ ਜਈ। ਤਕਵੇ ਤਕਵੇ ਪਤਲਾਏ ਲੱਕਵੇ, ਬਿੱਲੀ ਮੇਰੀ ਅੱਖ ਸਜਣਾ, ਅੱਜ ਤੇ ਯੂਪੀਆ ਸੜਨਾ ਹੀ ਸੜਨਾ। ਬਨ ਠਨ ਕੇ ਮੈਂ ਆਈ ਸਿਟੀ, ਮੁੰਡਿਆਂ ਵਜਾਈ ਮੇਰੇ ਹੁਸਨ ਦੇ ਹਰ ਪਾਸੇ ਰੌਲੇ ਪੈ ਗਏ, ਮੇਰੇ ਦਿਲ ਦਾ ਢੋਲ ਵਜੇ ਡਬ ਡਬ ਹਾਏ। ਬਾਜੀ ਯੂਪੀਐਸ ਦੀ ਨਾ ਆਵਾਜ਼ ਸੁਣੋ ਜ਼ਰਾ ਜਾ ਕੇ, ਪਾਟਣ ਵਾਲਾ ਹੋ ਗਿਆ, ਨਾਲੇ ਲੈਟ ਗਈ ਹੈ, ਤੁਸੀਂ ਇੱਥੇ ਹੀਟਰ ਲਾ ਕੇ ਬੈਠੇ ਹੋ, ਨਾਲੇ ਗਾਣੇ ਕਿਸ ਤਰ੍ਹਾਂ ਦੇ ਗਾ ਰਹੇ ਹੋ, ਕਿੱਡੀ ਤੁਹਾਡੀ ਜਵਾਨੀ ਪਟਾਕੇ ਮਾਰਨ ਡਈ ਹੈ। ਨਹੀਂ ਤੇਰਾ ਮਸਲਾ ਕੀ ਹੈ, ਮੈਂ ਆਪਣੇ ਕਮਰੇ 'ਚ ਬੈਠੀ ਨਾ ਹੀਟਰ ਲਾ ਕੇ, ਤੈਨੂੰ ਕਾਹਤੋਂ ਅੱਗ ਲੱਗਣ ਦੀ ਹੈ? ਮੈਨੂੰ ਕੋਈ ਮਸਲਾ ਨਹੀਂ ਹੈ, ਮਸਲਾ ਯੂਪੀਐਸ ਦਾ, ਜੇ ਯੂਪੀਐਸ ਖਰਾਬ ਹੋ ਗਿਆ ਤਾਂ ਫਿਰ ਇਹ ਹੋਏਗਾ ਕਿ ਯੂਪੀਐਸ ਨਵਾਂ ਲੈ ਆਵਾਂਗੇ, ਹੋਰ ਕੀ ਹੋਣਾ ਵੇ, ਤੂੰ ਮੇਰੇ ਨਾਲ ਬਹਿਸ ਕਿਉਂ ਕਰੀ ਜਾਂਦੀ ਹੈ?
ਸਾੜੋ ਤੁਸੀਂ ਤੇ ਭਰਾ ਮੈਂ। ਮੁਕੱਦਸ ਮੇਰਾ ਦਿਮਾਗ ਖਰਾਬ ਨਾ ਕਰੀ, ਇੰਨੀ ਜ਼ਿਆਦਾ ਠੰਡ ਮੈਂ ਤੇ ਹੀਟਰ ਨਹੀਂ ਬੰਦ ਕਰਨ ਲੱਗੀ। ਅੱਛਾ ਜੀ, ਕੱਲ ਰਾਤ ਨੂੰ ਆ ਕੇ ਤੇ ਮੈਨੂੰ ਬੜੇ ਗਿਆਨ ਦਿੱਤੇ ਸਨ ਕਿ ਮੈਂ ਬੜੀ ਚੁਸਤ ਹਾਂ, ਤੇ ਹੁਣ ਕੀ ਹੋਇਆ ਤੁਹਾਨੂੰ? ਹੁਣ ਤੁਹਾਨੂੰ ਸਰਦੀ ਲੱਗ ਰਹੀ ਹੈ, ਨਾਲੇ ਜਿੱਡਾ ਤੁਹਾਡਾ ਜਿਸਮ ਹੈ ਨਾ, ਜਿੰਨੀ ਚਰਬੀ ਚੜੀ ਹੈ, ਸਰਦੀ ਤੇ ਤੁਹਾਨੂੰ ਲੱਗਣੀ ਚਾਹੀਦੀ ਵੀ ਨਹੀਂ। ਜੇ ਮੈਂ ਸਰਦੀ ਬਰਦਾਸ਼ਤ ਕਰੀ ਨਾ, ਤੇ ਤੁਸੀਂ ਵੀ ਕਰੋ, ਬੰਦ ਕਰੋ ਹੀਟਰ। ਪਹਿਲਾਂ ਨਹੀਂ ਕਰ ਦਿੱਤਾ ਬੰਦ, ਹੁਣ ਮੇਰੇ ਮਗਰੋਂ ਲੱਗਦਾ ਲੈ ਜਾ ਇਹਨੂੰ ਇੱਥੋਂ, ਮੁਸੀਬਤ ਪਾ ਦਿੱਤੀ ਹੈ। ਬੇਗਮ ਆਜ ਮੈਂ ਬਹੁਤ ਖੁਸ਼ ਹਾਂ, ਅੱਜ ਆਪਕੇ ਲਈ ਸਰਪ੍ਰਾਈਜ਼ ਲੈ ਕੇ ਆਇਆ ਹਾਂ, ਪਾਸ ਹੋ ਜਾਏ ਤੇਰਾ। ਆਪਕੋ ਪਤਾ ਕੰਪਨੀ ਕੀ ਤਰਫ ਸੇ ਨਾ ਮੇਰਾ 20 ਲੱਖ ਕਾ ਬੋਨਸ ਨਿਕਲਾ, ਔਰ ਮੈਂ ਸੋਚ ਰਹਾ ਹੂੰ ਕਿ ਏਕ ਆਦੀ ਕੋਈ ਫਾਈਲ ਲੈ ਲੂੰ ਪ੍ਰਾਪਰਟੀ ਕੀ। ਆਪ ਵੀ ਨਾ ਹਮੇਸ਼ਾ ਛੋਟਾ ਹੀ ਸੋਚਤੇ ਹੈਂ, ਇੱਕ ਕਾਮ ਕਰੇ, ਇਸ ਘਰ ਕੋ ਸੇਲ ਕਰੇ, ਭਾਈਜਾਨ ਕੋ ਹਿੱਸਾ ਦੇ ਕੇ ਰਫਾ ਦਫਾ ਕਰੇ, 20-30 ਲੱਖ ਮੈਂ ਆਪਣੇ ਭਾਈ ਸੇ ਲੇਤੀ ਹੂੰ, ਔਰ ਹਮ ਆਪਣਾ ਸੈਪਰੇਟ ਘਰ ਲੇਤੇ ਹੈਂ। ਓ ਨਹੀਂ ਬੇਗਮ, ਭਾਈਜਾਨ ਹੈ ਮੇਰੇ, ਆਖਿਰ ਬੜੇ ਹੈ, ਮੈਂ ਕੈਸੇ ਕਰ ਸਕਤਾ ਹੂੰ ਉਨਕੇ ਸਾਥ ਐਸੇ। ਯੇ ਜ਼ਿਆਦਾ ਅਹਿਸਾਸ ਨਾ ਮੇਰੇ ਸਾਹਮਣੇ ਨਾ ਜਤਾਏ, ਕੱਲ ਕੋ ਹਮਾਰੇ ਬੱਚੇ ਬੜੇ ਹੋਂਗੇ, ਵੋ ਵੀ ਇਸਕੀ ਬਕ ਬਕ ਸੁਨੇਂਗੇ, ਘਰ ਕੋ ਮੌਕਾ ਦੇਖਤੇ ਹੋਏ ਸੇਲ ਕਰੇ, ਔਰ ਹਿੱਸਾ ਇਨਕੇ ਮੂੰਹ ਪੇ ਮਾਰੇ। ਵੈਸੇ ਕਹਿ ਤੋ ਤੁਮ ਸਹੀ ਰਹੀ ਹੋ। ਤੁਸੀਂ ਇੱਥੇ ਸੁੱਤੇ ਹੋ? ਕੀ ਹੈ ਬੇਗਮ ਜੀ, ਸੌਣ ਤੇ ਵੀ ਪਾਬੰਦੀ ਹੈ। ਤੁਸੀਂ ਨਹੀਂ ਸੌਂਦੇ, ਤੁਹਾਡੇ ਨਸੀਬ ਸੌਂਦੇ ਨੇ, ਉਧਰ ਤੁਹਾਡੇ ਭਰਾ ਦਾ 20 ਲੱਖ ਰੁਪਏ ਦਾ ਬੋਨਸ ਨਿਕਲ ਆਇਆ ਵੇ, ਤੁਸੀਂ ਇੱਥੇ ਬਿਸਤਰ ਦੇ ਨਾਲ ਬਿਸਤਰ ਹੋਏ ਹੋ। ਹੈ, 20 ਲੱਖ ਰੁਪਈਆ? ਹਾਂਜੀ, ਨਾਲੇ ਦੂਜੀ ਹਾਰਟ ਅਟੈਕ ਵਾਲੀ ਖਬਰ ਸੁਣੋ, ਅਸੀਂ ਘਰ ਤੋਂ ਬੇਘਰ ਹੋਣ ਵਾਲੇ ਅਨਕਰੀਬ, ਉਹ ਸਾਨੂੰ ਇਹ ਘਰ ਵੇਚ ਕੇ ਸਾਡਾ ਹਿੱਸਾ ਦੇ ਕੇ ਫਾਰਕ ਕਰਨ ਲੱਗੇ ਨੇ। ਓ ਨਹੀਂ ਨਹੀਂ, ਮੇਰਾ ਭਰਾ ਕਦੀ ਜ਼ਿੰਦਗੀ ਇਹ ਕੰਮ ਨਹੀਂ ਕਰੇਗਾ। ਤੁਹਾਡਾ ਭਰਾ ਘਰ ਵੀ ਨਹੀਂ ਰਿਹਾ, ਉਹ ਜਿਹੜੀ ਤੁਹਾਡੀ ਭਰਜਾਈ ਹੈ ਨਾ, ਤੁਹਾਨੂੰ ਬੜੀ ਚੰਗੀ ਲੱਗਦੀ, ਉਹੀ ਇਹਨੂੰ ਪੁੱਠੇ ਮਛੜੇ ਦੇਣ ਦੀ ਹੈ। ਮੇਰੀ ਗੱਲ ਮੰਨੋ, ਆਪਣੇ ਭਰਾ ਨੂੰ ਬਾਹਰ ਲੈ ਕੇ ਜਾਓ ਅਤੇ ਉਹਦੀ TC ਕਰੋ, ਅਤੇ ਮੈਂ ਇੱਥੇ ਆਪਣੀ ਦੇਵਰਾਨੀ ਦੇ ਨਾ ਮੱਖਣ ਸ਼ਖਣ ਲਾਉਂਦੀ ਹਾਂ, ਤਾਂ ਕਿ ਉਹ ਜ਼ਰਾ ਮੇਰਾ ਨੋਰਮਲ ਹੋਈਏ। ਹਾਂ, ਇਹ ਕੰਮ ਸਹੀ ਹੈ, ਮੈਂ ਹੁਣੇ ਉਹਨੂੰ ਲੈ ਕੇ ਜਾਂਦਾ। ਲੜਾਈ ਲੈਣ ਦੀ ਕੋਸ਼ਿਸ਼ ਨਾ ਕਰੀ, ਨਾਲੇ ਮੇਰੇ ਪੈਰ ਕਿੱਥੋਂ ਗੰਦੇ ਨੇ, ਐਡੇ ਦੇ ਸਾਫ ਨੇ, ਆਪੀ ਵੇਖ ਲੈ, ਭਾਵੇਂ ਸ਼ੀਸ਼ੇ ਹਾਰ ਚਮਕਣ ਦੇ ਨੇ, ਤੇਰੀ ਸ਼ਕਲ ਵਿੱਚ ਤੈਨੂੰ ਨਜ਼ਰ ਆਏਗੀ। ਬਾਜੀ, ਮੇਰਾ ਤੇ ਕੋਈ ਮੂਡ ਨਹੀਂ, ਮੈਂ ਤੇ ਹਜੇ ਸੁੱਤੀ ਪਈ ਉੱਠ ਕੇ ਆਈ ਆ, ਪਰ ਜਿਸ ਤਰ੍ਹਾਂ ਦੀਆਂ ਗਲਤ ਗੱਲਾਂ ਤੁਸੀਂ ਕਰਦੇ ਪਏ ਹੋ ਨਾ, ਮੈਨੂੰ ਲੱਗਦਾ ਤੁਹਾਡਾ ਪੂਰਾ ਮੂਡ ਹੈ ਲੜਨ ਦਾ। ਤੂੰ ਕਿਸ ਖੁਸ਼ੀ ਤੇ ਆ ਕੇ ਬਹਿ ਗਈ ਹੈ, ਉੱਠ ਕੇ ਮੇਰੇ ਅਸਲ ਚਾਹ ਬਣਾ। ਬਾਜੀ, ਪਿਆਰ ਨਾਲ ਭਾਵੇਂ ਤੁਸੀਂ ਮੇਰੀ ਜਾਨ ਲੈ ਲਓ, ਪਰ ਜਿਹੜੀ ਟੋਨ ਵਿੱਚ ਤੁਸੀਂ ਮੈਨੂੰ ਕਹਿ ਰਹੇ ਹੋ ਨਾ, ਮੇਰੀ ਜੁੱਤੀ ਬਣਾਉਂਦੀ ਹੈ ਚਾਹ ਜਾ ਕੇ। ਤੈਨੂੰ ਗਲਤ ਫਹਿਮੀ ਲੱਗੀ ਹੈ, ਚਾਹ ਤੇ ਤੂੰ ਹੀ ਬਣਾਏਗੀ, ਤੇ ਜਿਹੜੀ ਜੁੱਤੀ ਦੀ ਗੱਲ ਕੀਤੀ ਨਾ, ਤੇਰੇ ਮੂੰਹ ਤੇ ਵੱਜੇਗੀ, ਛਿਪਕਲੀਏ। ਬਾਜੀ, ਤਮੀਜ਼ ਨਾਲ ਗੱਲ ਕਰੋ ਮੇਰੇ ਨਾਲ, ਤੁਸੀਂ ਵੱਡੇ, ਮੈਂ ਤੁਹਾਡੀ ਇੱਜ਼ਤ ਕਰ ਰਹੀ ਹਾਂ, ਚੁੱਪ ਕਰਕੇ ਬੈਠੀ ਹਾਂ, ਤੁਸੀਂ ਅੱਗੋਂ ਬਕਵਾਸ ਕਰੀ ਜਾ ਰਹੇ ਹੋ, ਚਲੋ ਆਪਣੇ ਪੋਰਸ਼ਨ ਵਿੱਚ। ਅੱਛਾ, ਤੇ ਮੇਮ ਸਾਹਿਬ ਦੀ ਆਕੜ ਵੇਖ ਕੇ ਲੱਗਦਾ ਕਿ ਮੇਮ ਸਾਹਿਬ ਨੇ ਹਜੇ ਤੱਕ ਵਟਸਐਪ ਚੈੱਕ ਨਹੀਂ ਕੀਤਾ। ਰਾਤੀ ਮੈਂ ਤੈਨੂੰ ਇੱਕ ਵੀਡੀਓ ਭੇਜੀ ਸੀ, ਜਦੋਂ ਤੇਰੀ ਭੈਣ ਆਈ ਸੀ ਨਾ, ਤੂੰ ਉਹਦੇ ਨਾਲ ਬਹਿ ਕੇ ਅੰਮੀ ਦੀ ਚੁਗਲੀਆਂ ਕਰਨ ਦੀ ਸੀ, ਤੂੰ ਮੈਂ ਵੀਡੀਓ ਬਣਾ ਲਈ ਸੀ। ਤੇਰੀ ਜ਼ਿੰਦਗੀ ਨਾ ਮੇਰੇ ਹੱਥ ਦੇ ਵਿੱਚ ਹੈ, ਮੈਂ ਇੱਕ ਵਾਰੀ ਜਾ ਕੇ ਸਿਰਫ ਅੰਮੀ ਨੂੰ ਵੀਡੀਓ ਵਹਾਣੀ ਹੈ, ਤੇ ਤੂੰ ਇਸ ਘਰ ਤੋਂ ਬਾਹਰ, ਤੇ ਇਸ ਲਈ ਇੱਜ਼ਤ ਨਾਲ ਉੱਠ ਕੇ ਨਾ ਮੇਰੇ ਸੇ ਚਾਹ ਬਣਾ ਕੇ ਲੈ ਕੇ ਆਓ। ਬਾਜੀ, ਤੁਸੀਂ ਤੇ ਮੇਰੀ ਵੱਡੀਆਂ ਭੈਣਾਂ ਆ ਰਹੋ, ਚਾਹ ਕੀ, ਮੈਂ ਨਾਲ ਅੰਡੇ ਵੀ ਬੋਇਲ ਕਰਨੀ ਆ, ਕੇਕ ਵੀ ਰੱਖਣੀ ਆ, ਬੈਠੋ ਤੁਸੀਂ ਚਾਹ ਪੀ ਕੇ ਜਾਣਾ ਥੱਲੇ। ਮੈਂ ਤੈਨੂੰ ਪਹਿਲੇ ਕਿਹਾ ਸੀ ਕਿ ਜਠਾਣੀ ਨਾ ਜਠਾਣੀ ਹੁੰਦੀ ਹੈ, ਮੇਰਾ ਦੱਸਿਆ ਨਾ ਨਾ ਕਾਂਟਾ ਮੰਗਦਾ ਨਾ ਪਾਣੀ, ਕਿਉਂਕਿ ਮੈਂ ਵੱਡੀ ਬਾਜੀ ਰਾਣੀ।